ਮੰਗਦਾ ਪੰਜਾਬ ਜਵਾਬ ਜੀ ਤੁਸੀਂ ਮੰਗਣ ਵਾਲੇ ਕੌਣ ਹੋ ਪਬਲਿਕ ਦੀ ਹਾਜ਼ਰੀ ਚ ਕਹਿ ਕੇ ਕਿਹਾ ਕਿੱਥੇ ਇੱਕ ਚੋਰ ਫਿਰਦਾ ਖੇਰਾ ਤੁਹਾਡੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਤੁਹਾਨੂੰ ਸਭ ਪਤਾ ਸੀਗਾ ਕਿ ਬੇਅਦਬੀਆਂ ਕਰਨ ਵਾਲੇ ਕੌਣ ਨੇ ਜਦੋਂ ਈਡੀ ਇਹਦੇ ਸਾਲੇ ਨੂੰ ਫੜੇ ਵਿਕਰਮਜੀਤ ਨੂੰ ਉਹਦੇ ਤਹਿਕੀਕਾਤ ਕਰੇ ਉਦੋਂ ਈਡੀ ਬਹੁਤ ਮਾੜੀ ਆ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਤੁਸੀਂ ਅਕਾਲ ਤਖਤ ਸਾਹਿਬ ਵਰਗੀ ਇੱਕ ਮਹਾਨ ਸੰਸਥਾ ਦਾ ਦੁਰਉਪਯੋਗ ਕਰਕੇ ਉਹਨੂੰ ਮਾਫੀਨਾਮਾ ਦਵਾਇਆ ਫਿਰ ਕਾਇਰਾਂ ਦੀ ਤਰ੍ਹਾਂ ਡਰ ਕੇ ਉਹ ਮਾਫੀਨਾਮਾ ਵਾਪਸ ਲਿਆ ਦੋਸਤੋ ਅੱਜ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਨੇ ਜਿਹੜਾ ਕੱਲ੍ਹ ਸੁਖਬੀਰ ਸਿੰਘ ਬਾਦਲ ਭੁਲੱਥ ਵਿਖੇ ਉਹਨਾਂ ਨੇ ਇੱਕ ਰੈਲੀ ਜੀ ਕਰਦੇ ਫਿਰਦੇ ਨੇ ਸਾਰੇ ਪੰਜਾਬ 'ਚ ਜਵਾਬ ਮੰਗਦਾ ਹੈ ਪੰਜਾਬ ਪਹਿਲਾਂ ਤਾਂ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਜਿਹੜਾ ਇਹਨਾਂ ਨੇ 10 ਸਾਲ ਪਹਿਲਾਂ ਲਗਾਤਾਰ ਲੁੱਟ ਖਸੁੱਟ ਕੀਤੀ ਔਰ ਉਸ ਤੋਂ ਪਹਿਲਾਂ ਜਿਹੜੇ 5 ਸਾਲ ਇਹਦੇ ਪਿਤਾ ਨੇ ਰੱਜ ਕੇ ਪੰਜਾਬ ਨੂੰ ਦੋਨਾਂ ਹੱਥਾਂ ਨਾਲ ਲੁੱਟਿਆ ਨੇ ਬਲਾਤਕਾਰ ਕੀਤਾ ਉਹ ਮੈਂ ਤੁਹਾਡੇ ਨਾਲ ਚਰਚਾ ਬਾਅਦ 'ਚ ਕਰਦਾ ਪਰ ਜਿਹੜਾ ਇਸ ਨੇ ਮੇਰੇ ਮੁਤਲਕ ਅਪ ਸ਼ਬਦ ਬੋਲੇ ਅਪਮਾਨਜਨਕ ਸ਼ਬਦਾਵਲੀ ਜਿਹੜੀ ਬੋਲੀ ਆ ਉਹਦੇ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਾ ਚਾਹੁੰਦਾ ਮੈਨੂੰ ਇਹ ਇੱਥੇ ਸਟੇਜ ਤੋਂ ਪਬਲਿਕ ਦੀ ਹਾਜ਼ਰੀ 'ਚ ਕਹਿ ਕੇ ਕਿਹਾ ਕਿ ਇੱਥੇ ਇੱਕ ਚੋਰ ਫਿਰਦਾ ਖੇਰਾ ਦੋਸਤੋ ਮੈਂ ਪਹਿਲੀ ਗੱਲ ਤਾਂ ਇਹ ਸੁਖਬੀਰ ਨੂੰ ਕਹਿਣਾ ਚਾਹੁੰਦਾ ਵਾਂ ਕਿ ਜਦੋਂ ਬੰਦਾ ਆਪ ਚੋਰ ਹੁੰਦਾ ਨਾ ਝੂਠਾ ਬੇਈਮਾਨ ਉਦੋਂ ਨੂੰ ਬਾਕੀ ਸਾਰੀ ਦੁਨੀਆ ਵੀ ਚੋਰ ਨਜ਼ਰ ਆਉਂਦੀ ਆ ਜੇ ਮੈਂ ਪਹਿਲਾਂ ਸੁਖਬੀਰ ਨੂੰ ਪੁੱਛਾਂ ਕਿ ਤੁਸੀਂ ਕਿਸੇ 'ਤੇ ਉਂਗਲ ਚੱਕਣ ਤੋਂ ਪਹਿਲਾਂ ਕੀ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਪਿਛਲੇ ਕਈ ਦਹਾਕਿਆਂ ਤੋਂ ਆਹ ਜਿਹੜੇ ਤੁਸੀਂ 7 ਸਿਤਾਰੇ ਹੋਟਲ ਬਣਾਏ ਨੇ ਵੱਡੇ ਵੱਡੇ ਸੈਂਕੜੇ ਕਰੋੜਾਂ ਰੁਪਏ ਦੇ ਆਹ ਜਿਹੜੀਆਂ ਬੱਸਾਂ ਦੀਆਂ ਵੱਡੀਆਂ ਵੱਡੀਆਂ ਸੈਂਕੜੇ ਬੱਸਾਂ ਦੀ ਕੰਪਨੀਆਂ ਬਣਾਈਆਂ ਨੇ ਤੁਹਾਡੇ ਸਾਰੇ ਸੂਬਿਆਂ 'ਚ ਫਾਰਮ ਹਾਊਸ ਨੇ ਕਿਤੇ ਹਰਿਆਣੇ 'ਚ ਰਾਜਸਥਾਨ ਅਤੇ ਪੰਜਾਬ 'ਚ ਤੁਹਾਡੀ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰੋਪਰਟੀ ਆ ਤੁਹਾਡਾ ਜਿਹੜਾ 9 ਸੈਕਟਰ ਚੰਡੀਗੜ੍ਹ ਹੈ ਉੱਥੇ ਫਾਰਮ ਹਾਊਸ ਆ ਨੋਰਮਲ ਲੋਕਾਂ ਦੀ ਕੋਠੀਆਂ ਹੁੰਦੀਆਂ ਨੇ ਤੁਹਾਡਾ 1.5 ਕਿੱਲੇ ਦਾ ਫਾਰਮ ਹਾਊਸ ਆ ਸਾਰੀ ਦੁਨੀਆ ਤੁਹਾਡੇ ਕਰਪਟ ਮੈਥਡੋਲੋਜੀ ਨੂੰ ਜਾਣਦੀ ਆ ਇੱਥੇ ਬਸ ਨਹੀਂ ਕਰਪਸ਼ਨ ਕਰਨਾ ਇੱਕ ਅਲੱਗ ਗੱਲ ਹੈ ਪਰ ਜੋ ਤੁਸੀਂ ਆਪਣੇ ਧਰਮ ਦੇ ਨਾਲ ਤੁਸੀਂ ਬੇਈਮਾਨੀ ਕੀਤੀ ਆ ਅਖੌਤੀ ਅਕਾਲੀ ਦਲ ਦਾ ਪ੍ਰਧਾਨ ਬਣ ਕੇ ਜੋ ਤੁਸੀਂ ਖਿਲਵਾੜ ਕੀਤਾ ਨਾ ਅਕਾਲ ਤਖਤ ਸਾਹਿਬ ਦੇ ਨਾਲ SGPC ਦੇ ਨਾਲ ਉਹ ਤੁਹਾਨੂੰ ਸਾਰੀ ਜ਼ਿੰਦਗੀ ਕਦੀ ਉਸ ਵਾਹਿਗੁਰੂ ਤੋਂ ਮਾਫੀ ਨਹੀਂ ਮਿਲਣੀ ਤੁਹਾਡੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਤੁਹਾਨੂੰ ਸਭ ਪਤਾ ਸੀਗਾ ਕਿ ਬੇਅਦਬੀਆਂ ਕਰਨ ਵਾਲੇ ਕੌਣ ਨੇ ਕਿਹੜੇ ਡੇਰੇ ਵਾਲਿਆਂ ਨੇ ਪਲਾਨ ਕੀਤਾ ਕਿਸ ਤਰ੍ਹਾਂ ਉਹਨਾਂ ਨੇ ਉਸ ਨੂੰ ਅੰਜਾਮ ਦਿੱਤਾ ਤੈਨੂੰ ਸਭ ਪਤਾ ਸੀਗਾ ਪਰ ਤੁਸੀਂ ਜਾਣ ਬੁੱਝ ਕੇ ਵੋਟਾਂ ਦੀ ਖਾਤਰ ਅੱਖਾਂ ਮੀਟ ਕੇ ਰੱਖੀਆਂ ਇੱਥੇ ਬਸ ਨਹੀਂ ਤੁਹਾਡੇ ਜਿਹੜਾ ਪੁਲਿਸ ਦਾ DGP ਜਿਹੜਾ ਤੁਸੀਂ ਲਾਇਆ ਸੀ ਇਨਕਾਊਂਟਰ ਸਪੈਸ਼ਲਿਸਟ ਸੁਮੇਧ ਸਿੰਘ ਸੈਣੀ ਉਹਦਾ ਕਹਿੰਦੇ ਅਸੀਂ ਪੰਥਕ ਸਰਕਾਰ ਹੈ ਜਿਸ ਬੰਦੇ ਨੇ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਸੀਗਾ ਤੁਹਾਨੂੰ ਸ਼ਰਮ ਨਹੀਂ ਆਈ ਤੁਸੀਂ ਉਸ ਨੂੰ DGP ਲਾਇਆ ਪੰਜਾਬ ਦਾ ਸੁਮੇਧ ਸੈਣੀ ਨੂੰ ਅੱਜ ਉਹਦੇ 'ਤੇ ਕਤਲ ਦਾ ਮੁਕੱਦਮਾ ਚੱਲ ਰਿਹਾ ਵਾ ਔਰ ਉਸ ਆਦਮੀ ਦੇ ਜ਼ਰੀਏ ਤੁਸੀਂ ਬਹਿਬਲ ਕਲਾਂ ਦੇ ਵਿੱਚ 2 ਬੇਕਸੂਰ ਸਿੱਖ ਨੌਜਵਾਨਾਂ ਨੂੰ ਉੱਥੇ ਉਹਨਾਂ ਨੂੰ ਗੋਲੀ ਮਾਰ ਕੇ ਉਹਨਾਂ ਦੀ ਹੱਤਿਆ ਕਰਵਾਈ ਆ ਤੁਸੀਂ ਹਥਿਆਰੇ ਹੋ ਇੱਕ ਆਦਮੀ 'ਤੇ ਇਲਜ਼ਾਮ ਲਾਉਣਾ ਕਿ ਚੋਰ ਕਹਿਣਾ ਉਹ ਗੱਲ ਅਲੱਗ ਆ ਇੱਕ ਹੈਗਾ ਕਿ ਤੁਹਾਡੇ ਆਪਣੇ ਹੱਥ ਸਾਰੇ ਖੂਨ ਨਾਲ ਰੰਗੇ ਹੋਏ ਨੇ ਮੇਰੇ ਵੀਰੋ ਇਹਨਾਂ ਦੇ ਆਹ ਇਹ ਸੁਖਬੀਰ ਬਾਦਲ ਵਗੈਰਾ ਦੇ ਔਰ ਜਿਹੜਾ ਮੈਂ ਕਹਿਣਾ ਚਾਹੁੰਦਾ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਤੁਸੀਂ ਅਕਾਲ ਤਖਤ ਸਾਹਿਬ ਵਰਗੀ ਇੱਕ ਮਹਾਨ ਸੰਸਥਾ ਦਾ ਦੁਰਉਪਯੋਗ ਕਰਕੇ ਉਹਨੂੰ ਮਾਫੀਨਾਮਾ ਦਵਾਇਆ ਫਿਰ ਕਾਇਰਾਂ ਦੀ ਤਰ੍ਹਾਂ ਡਰ ਕੇ ਉਹ ਮਾਫੀਨਾਮਾ ਵਾਪਸ ਲਿਆ ਸਾਰਾ ਪੰਜਾਬ ਸਾਰੀ ਦੁਨੀਆ 'ਚ ਬੈਠੇ ਸਿੱਖ ਤੁਹਾਡੇ ਕਿਰਦਾਰ ਨੂੰ ਬਹੁਤ ਅੱਛੀ ਤਰ੍ਹਾਂ ਜਾਣਦੇ ਨੇ ਇਸ ਲਈ ਕਿਸੇ ਹੋਰ 'ਤੇ ਇੱਦਾਂ ਦੇ ਸ਼ਬਦ ਵਰਤਣ ਤੋਂ ਪਹਿਲਾਂ ਇੱਕ ਵਾਰੀ ਝਾਤ ਮਾਰ ਲਿਆ ਕਰੋ ਕਿ ਤੁਸੀਂ ਕਰ ਕੀ ਰਹੇ ਹੋ ਔਰ ਫਿਰ ਇਹ ਕਹਿੰਦਾ ਕਿ ਖਹਿਰਾ ਕਿਉਂਕਿ ਬੋਲਦਾ ਬਹੁਤ ਸੀਗਾ ਇਸ ਲਈ ਇਹਦੇ 'ਤੇ ED ਨੇ ਰੇਡ ਕੀਤਾ ਇਹ ਡਰੱਗਸ ਦੇ ਨਾਲ ਕਨੈਕਟਡ ਆ ਜਦੋਂ ED ਇਹਦੇ ਸਾਲੇ ਨੂੰ ਫੜੇ ਵਿਕਰਮਜੀਤ ਨੂੰ ਉਹਦੇ ਤਹਿਕੀਕਾਤ ਕਰੇ ਉਦੋਂ ED ਬਹੁਤ ਮਾੜੀ ਆ ਕਿਉਂਕਿ ED ਦੇ ਉਸੇ ਹੀ ਜਗਦੀਸ਼ ਭੋਲੇ ਦੇ ਕੇਸ ਵਿੱਚ ਅੱਜ ਵੀ ਉਹ ਐਫੀਡੇਵਿਟ ਦਾ ਰਿਕਾਰਡ ਹੈ ਕਿ ਵਿਕਰਮ ਮਜੀਠੀਏ ਨੂੰ ਜਿਹੜੇ ਇੰਟਰਨੈਸ਼ਨਲ ਡਰੱਗ ਕਾਟਲ ਸੀਗੇ ਉਹਨਾਂ ਨੇ ਇਹਦੇ ਡਰਾਇੰਗ ਰੂਮ ਵਿੱਚ ਬੈਠ ਕੇ ਚੰਦੀ ਅੰਮ੍ਰਿਤਸਰ ਦੀ ਕੋਠੀ ਵਿੱਚ 35 ਲੱਖ ਰੁਪਏ ਇਲੈਕਸ਼ਨ ਫੰਡ ਦੇ ਦਿੱਤੇ ਇਸ ਨੂੰ ਕਹਿੰਦੇ ਨੇ ਡਰੱਗ ਮਨੀ ਔਰ ਇਸ ਨੂੰ ਕਹਿੰਦੇ ਨੇ ਮਨੀ ਲਾਂਡਰਿੰਗ ਔਰ ਜੋ ਤੁਸੀਂ ਬਾਕੀ ਕੀਤਾ ਸਾਰਾ ਉਹ ਤੁਹਾਡੇ ਸਾਰੇ ਲੋਕਾਂ ਦੀ ਕਚਹਿਰੀ ਦੇ ਵਿੱਚ ਹਾਜ਼ਰ ਮੈਂ ਸਾਰੀ ਦੁਨੀਆ ਚੰਗੀ ਤਰ੍ਹਾਂ ਜਾਣਦੀ ਕਿ ਮੈਂ ਇੱਕ ਵਿਸਲ ਬਲੋਅਰ ਹਾਂ ਮੈਂ ਕਦੀ ਕੋਈ ਸੱਤਾ ਤੁਹਾਡੇ ਵਾਂਗੂ ਮਾਣ ਕੇ ਉਹਦਾ ਦੁਰਉਪਯੋਗ ਨਹੀਂ ਕੀਤਾ ਮੈਂ ਇੱਕ ਬੇਇਨਸਾਫੀ ਦੇ ਖਿਲਾਫ ਕਰਪਸ਼ਨ ਦੇ ਖਿਲਾਫ ਡਰੱਗਸ ਦੇ ਖਿਲਾਫ ਹਰ ਕਿਸਮ ਦੇ ਮਾਫੀਆ ਦੇ ਖਿਲਾਫ ਇੱਕ ਕ੍ਰੂਸੇਡਰ ਹਾਂ ਸਭ ਨੂੰ ਪਤਾ ਕਿ BJP ਨੇ ਮੈਨੂੰ ਮਿੱਥ ਕੇ ਟਾਰਗੇਟ ਕੀਤਾ ਵਾ ਤੁਹਾਨੂੰ ਨਹੀਂ ਟਾਰਗੇਟ ਕੀਤਾ ਤੁਹਾਨੂੰ ਕਿਸੇ ED ਨੇ ਨਹੀਂ ਫੜਿਆ ਤੁਸੀਂ ਅਰਬਾਂ ਖਰਬਾਂ ਪਤੀਓ ਹੋ ਇਸ ਵੇਲੇ ਔਰ ਇਲ ਗੋਟਨ ਵੈਲਥ ਹੈ ਤੁਹਾਡੇ ਕੋਲ ਤੁਹਾਨੂੰ ਕਿਸੇ ED ਨੇ ਟਾਰਗੇਟ ਨਹੀਂ ਕੀਤਾ ਲੇਕਿਨ ਸਾਰੇ ਪੰਜਾਬ 'ਚ ਸੁਖਪਾਲ ਸਿੰਘ ਖਹਿਰਾ ਨੂੰ ਇਸ ਲਈ ਕੀਤਾ ਕਿਉਂਕਿ ਮੈਂ ਕਿਸਾਨ ਅੰਦੋਲਨ ਵਿੱਚ
डट के उन्होंने हमायत की बीजेपी का डट के विरोध किया। नवरीत सिंह डिबडिबा याद है ना, सुखबीर सिंह बादल तेन मुंडा मारिया गया यूपी का रुद्रपुर का, तुम एक शब्द कढ़िया अपने मुँह के पिछों, मैं उसकी लड़ाई लड़ी। उस तो पहला मैं युआपा वर्गे काले कानून जिहड़े बीजेपी ने बनाए, जिहड़े किसी वेले टाडा ते पोटा की एक एक सिमिलर एक्ट है ड्रैकोनियन, मैं उसका सारे पंजाब दे विच दिल्ली तक युआपा का विरोध किया, जिहदे करके मैं बीजेपी के टारगेट पे हाँ। वो मैनू कोई फर्क नहीं पैंदा अगर कोई ईडी मेरे ते हमला कर रही है, केस बनाउंदी है, इदां दे कई केस पहले तुसीं भी बनाए ने, 6 मुकदमे बादल की सरकार तुसीं मेरे खिलाफ, जिहड़ा फाजिलका दा तुसीं कहिंदे ना कि ड्रग्स नाल मैनू कनैक्ट किया, ये तुहाडी मेहरबानी हुई सी उदों, तुसीं मैनू उस फर्जी मुकदमे विच जोड़िया जिहदे विच मैनू सुप्रीम कोर्ट ऑफ इंडिया ने वो सारियां प्रोसीडिंग स्टे कीतियां होईयां ने, और ईडी नूं भी पता वा कि जिहड़ा केस उन्होंने चक्किया वा फाजिलका दे एनडीपीएस दा, वो सुप्रीम कोर्ट ऑफ इंडिया वालों स्टेड है। इस करके मैं तो जो कर रहा वा एक मनुखता की, एक अपने सूबे के अपने लोगों की लड़ाई लड़ रहा हूँ, पर तुम की कर रहे हो और कि स्टेज साझी की बीबी जगीर कौर एक सज़ा याफ्ता औरत, तुम सारे प एक पौने 200 ACPC मैंबर चो कोई बंदा नहीं लभ्या तुम, इस करके तुम हथ टोकियां बनाने हो, तुम उन्होंने ACPC का अकाल तख्त साहब का चार्ज दें जे कठपुतलियां हो जे तो इशारे धरन। एक गल याद रखियो, देर है अंधेर नहीं, वो अदालत में तुसी लोगों की अदालत में तो पैसे खर्च के शराबा पिला के जित के MP बन सकते हो, MLA भी बन सकते हो, पर वो अदालत में तुहानू एक दिन हिसाब देना पवेगा। इसलिए मैनू चोर कहने तो पहला एक बार अपने गिरेबान दे विच अंदर झात मार के चंगी तरह ना, जो कल्ला बैठा होवेगा ना सुखबीर सिंह बादल, एक बार झात मार के देखी कि मैं की कुछ किया, मेरे हाथ किन्ने खून में रंगे हुए ने पंजाब के लोगों के, किन्ने परचे दर्ज कराए, किन्ने माफिया पंजाब दे विच पैदा किए, किन्ने ड्रग्स का व्यापार पंजाब दे विच तुसी जान बुझ के उस नूं पंजाब दे विच अपने होमे नूं पट्ठे पाउण वास्ते तुसी जो पंजाब दे नाल खिलवाड़ किया, वो तुहानूं लोग कदी माफ़ नहीं करनगे। ठीक है, रैलियां करी जाओ जिन्नियां कर सकदे हो, मंगदा पंजाब जवाब जी, तुसी मंगण वाले कौन हो, मैं किसी की हिफाजत नहीं करता, पहला तुसी दसो कि जिहड़ा 10 साल तुसी लुट कसुट कीती, और लोगों के जिदा मैं पहला कहा कि उन्होंने झूठे मुकदमे हज़ारा की तादाद में, जस्टिस महताब सिंह गिल कमिशन बैठा, 6 तो मेरे से हुए थे, तुसी झूठे परचे दर्ज कराए, तुसी ड्रग माफिया की सपोर्ट की, तुसी बेगुनाह बंदियां ते, मैनूं कुदरती याद आ गया युआपा, सुखबीर सिंह बादल इहदा जवाब दें जरा चंगी तरह सोच के, युआपा कानून 2011 के नवांशहर की अदालत में 3 नौजवान अरविंदर सिंह ते उहदे 2 साथी सिर्फ लिटरेचर के आधार के उत्ते तुहाडी पुलिस ने सुखबीर सिंह बादल उन्होंने परचा दर्ज करके उन्होंने बेगुनाह बच्चों फड़ के अंदर दिता, उन्होंने उम्र कैद सज़ा सुनाई आ सैशन जज नवांशहर ने, उन्होंने अपील हाईकोर्ट में पेंडिंग आ, किसी बेगुनाह को सिर्फ लिटरेचर किताबा, और किताबा भी कहदियां सी भाई रणधीर सिंह जिहड़े फ्रीडम फाइटर सीगे, जिहड़ियां उन्होंने उस वेले जेल चो चिट्ठियां लिखियां, वो तुहाडी कमली पुलिस ने उन्होंने आधार बना के उन्होंने UAPA का एक्ट ला के उन्होंने बेगुनाह बच्चों अंदर तक दिता, अज उम्र कैद कट रहे ने सुखबीर बादल तेरी बदौलत। और याद रखना जो एक भी बेगुनाह बंदा एक भी उन्होंने वो इस तरह का तुम अत्याचार करते हो, झूठे परचे दर्ज करा के उन्होंने जिंदगी तबाह कर दे, उन्होंने हा जी है ना वो तेनों लगनी ही लगनी है। इस करके सारा पंजाब तुहाडे ते थुकदा वा, तुहानूं थू थू करता वा। और याद रखना कि 2022 चा रैलियां जिन्नियां मर्जी कर लो, फर्जी तुसीं बंदे बसां च ढो सकदे हो, कल भलथ विच सारा अद्धा कट SGPC दे मुलाजमां दा सी, मैं घट्टो घट्ट ने 20 बसां SGPC दीआं स्पोंसर्ड इस कट विच आउंदे देखियां, ये सारे फर्जी कट ने, तुहाडे लीडर तैनूं भी चकमा दे रहे ने, तैनूं मूर्ख बना रहे ने, तुहानूं पता लग जाएगा कि 2022 दे विच लोकां दा फतवा किधर जांदा। होर मैनूं पता नहीं गा, लेकिन तुहानूं लोगों ने कदी जिंदगी विच माफ़ नहीं करना। इसलिए खबरदार, जे अगली बार तुसीं इस तरह की कोई भैड़ी शब्दावली मेरे लिए वरती, मैं एक बार नहीं तुहाडा 10 बार ठोकवां जवाब, और तत्थां दे आधार ते ठोकवां जवाब दे सकदा। मैनूं उम्मीद है कि तुसीं सारे जिहड़े ये फर्जी बादल जिहड़े अखौती पंथक ने, पंथक नहीं गे, ये साढ़े कौम के दोषी ने, एंटी पंजाब ने, एंटी फार्मर ने, कल तक मोदी सरकार के तलवे चटते सके, अज भी इन्हों मोदी कुछ नहीं कहता। और मेरी गल याद रखना कि शायद 2022 अकाली दल तो जिहड़ा अखौती बादल अकाली दल आ, तो ये BJP इकट्ठे इलैक्शन लड़नगे, चाहे ये सीधी लड़ लैन तो चाहे असिधे तौर पर इलैक्शन इकट्ठे होकर लड़नगे, ताइयो एक दूजे के खिलाफ नरम नरम भाषा के बोलते। जे ये वाकई दुश्मन से मोदी का, तो फिर ED का केस खहरे तो नहीं बनना चाहिए सगा इस सुखबीर बादल जरा जिन्हों लोग गप्पी भी कहें, जिन्हों झूठा भी कहें, जिन्हों बेईमान भी कहें, ये बनना चाहिए सर। उम्मीद है कि तुम मेरे जोड़े विचार ने, क्योंकि मेरे थोड़े जज्बातों ठेस पहुंची है, इदा तुम उठ के किसी
चोर कह दे हो, बदमाश कह दे हो, मैं इलेक्टेड रिप्रजेंटेटिव हाँ, मैनू पंजाब मैनू भारत के लोगों ने 1.5 लाख वोटर ने चुन के असैम्बली उस असैम्बली भेजा जिथे तेरा साला मैंबर है या जिथे पहला तू आप सीगा। और मैं लीडर ऑफ ऑपोजिशन रहा हूँ, मैं बतौर लीडर ऑफ ऑपोजिशन तेरे वर्गे सारे चोरों के गुनाहगारों के खिलाफ वड्डा कैंपेन चलाया सीगा जिदे करके तेनू दुख हुंदा वा। इसलिए मेरे अज विचार ये हैं, अगली बार बोलेगा सोच समझ के बोलना, जो बोलेगा तो वह जवाब तेनों ए भी कड़ा मैं अवश्य दूंगा। थोड़ा सारे का बहुत बहुत शुक्रिया, धन्यवाद जी।